ਭਗਤ ਜੋ ਭਗਤਾ ਉਹ ਰੀ ਜਾਪੂ ਵੰਸੀ ਸੇਵਕ ਮਾਵੈ ਦੋ ਗੁਰਸਿੱਖਾਂ ਦਾ ਜ਼ਿਕਰ ਭਾਈ ਗੁਰਦਾਸ ਸਾਹਿਬ ਜੀ ਨੇ ਇੱਥੇ ਕੀਤਾ ਹੈ ਇੱਕ ਤੇ ਉਹ ਹੈ ਜਿਹਦਾ ਨਾਮ ਹੈ ਭਾਈ ਭਗਤਾ ਉਹ ਰੀ ਇਹਦੀ ਜਾਤ ਹੈ ਤੇ ਭਾਈ ਗੁਰਦਾਸ ਸਾਹਿਬ ਕਹਿੰਦੇ ਇਹਦਾ ਨਾਮ ਹੀ ਭਗਤਾ ਨਹੀਂ ਹੈ ਅਸਲ ਦੇ ਵਿੱਚ ਇਹ ਹੈ ਵੀ ਭਗਤ ਹੈ ਇਹਦਾ ਮਤਲਬ ਹੈ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਇਹ ਜਿਹੜਾ ਗੁਰਸਿੱਖ ਹੈ ਸੱਚੇ ਪਾਤਸ਼ਾਹ ਜੀ ਦਾ ਇਹ ਭਗਤ ਹੈ ਇਹਨੂੰ ਭਗਤ ਕਹਿ ਕੇ ਬੁਲਾਇਆ ਜਾਂਦਾ ਹੈ ਸੰਗਤ ਦੇ ਵਿੱਚ ਫਿਰ ਨਾਲ ਹੈ ਜਾਪੂ ਵੰਸੀ ਸੇਵਕ ਮਾਵੈ ਇੱਕ ਇਹਦੇ ਨਾਲ ਹੈ ਭਾਈ ਭਗਤਾ ਜੀ ਦੇ ਉਹ ਹੈ ਜਾਪੂ ਵੰਸੀ ਇਹ ਦੋਵੇਂ ਭਗਤ ਨੇ ਤੇ ਸੇਵਾ ਕਰਦੇ ਨੇ ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚ ਰਹਿ ਕੇ ਇਨਾਂ ਦੇ ਜੀਵਨ ਦੇ ਬਾਰੇ ਜਿਹੜਾ ਹਵਾਲਾ ਸਾਨੂੰ ਮਿਲਦਾ ਹੈ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜਿਸ ਵੇਲੇ ਕਰਤਾਰਪੁਰ ਟਿਕੇ ਹੋਏ ਸੀ ਤੇ ਮੈਂ ਅਕਸਰ ਬੇਨਤੀ ਕਰਦਾ ਪਿਆ ਹਾਂ ਕਿ ਮਹਾਰਾਜ ਜੀ ਦੇ ਦਰਸ਼ਨਾਂ ਦੇ ਲਈ ਸੰਗਤ ਕਾਫੀ ਆਉਂਦੀ ਸੀ ਕੁਝ ਉੱਥੇ ਰਹਿੰਦੇ ਹੁੰਦੇ ਸੀ ਉੱਥੇ ਰਹਿ ਕੇ ਸਿੱਖਦੇ ਹੁੰਦੇ ਸੀ ਕਿ ਸੰਗਤ ਕਰਨੀ ਕਿੱਦਾਂ ਹੈ ਤੇ ਉੱਥੇ ਅਕਸਰ ਜਿਹੜੀ ਸੰਗਤ ਆਉਂਦੀ ਸੀ ਉਹਨਾਂ ਦੇ ਮਨ ਦੇ ਵਿੱਚ ਕਈ ਸਵਾਲ ਪੈਦਾ ਹੁੰਦੇ ਸੀ ਕਿ ਜਦੋਂ ਦੀਵਾਨ ਚੱਲਦਾ ਹੈ ਕਥਾ ਹੁੰਦੀ ਹੈ ਸ਼ਬਦ ਪੜਿਆ ਜਾਂਦਾ ਹੈ ਬਾਣੀ ਪੜੀ ਜਾਂਦੀ ਹੈ ਤੇ ਆ ਆ ਸ਼ਬਦ ਅਸੀਂ ਸੁਣੇ ਨੇ ਜਿੱਦਾਂ ਅਸੀਂ ਕੱਲ ਵੀ ਪੜਿਆ ਸੀ ਭਾਈ ਕਾਲੂ ਜੀ ਨੇ ਸੁਣਿਆ ਕਿ ਮਹਾਰਾਜ ਸਨਮੁਖਸ਼ ਕੀ ਹੁੰਦਾ ਹੈ ਬੇਮੁਖ ਕੀ ਹੁੰਦਾ ਹੈ ਮਨਮੁਖ ਕੀ ਹੁੰਦਾ ਹੈ ਇਹ ਸ਼ਬਦ ਜੇ ਗੁਰਦੁਆਰੇ ਆਉਂਦੇ ਆ ਤੇ ਲਗਭਗ ਸਾਡੇ ਕੰਨਾਂ ਦੇ ਵਿੱਚ ਪੈਂਦੇ ਰਹਿਣਗੇ ਉਹਨੇ ਪੁੱਛ ਲਿਆ ਮਹਾਰਾਜ ਇਹ ਹੁੰਦਾ ਕੀ ਹੈ ਇਸੇ ਤਰ੍ਹਾਂ ਇਹਨਾਂ ਦੋਵਾਂ ਗੁਰਸਿੱਖਾਂ ਨੇ ਗੁਰੂ ਨਾਨਕ ਸਾਹਿਬ ਦੇ ਅੱਗੇ ਬੇਨਤੀ ਕੀਤੀ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਕਹਿੰਦੇ ਨੇ ਮਹਾਰਾਜ ਅਸੀਂ ਤੇ ਬਹੁਤੇ ਪੜ੍ਹੇ ਲਿਖੇ ਨਹੀਂ ਹਾਂ ਇਹ ਪਹਿਲੀ ਗੱਲ ਤੇ ਇਹ ਹੈ ਧਰਮ ਤੇ ਅਧਿਆਤਮ ਇਹਦਾ ਪੜ੍ਹਾਈ ਦੇ ਨਾਲ ਕੋਈ ਸਬੰਧ ਨਹੀਂ ਹੈ ਹਾਂ ਠੀਕ ਹੈ ਪੜ੍ਹੇ ਪੜ੍ਹੇ ਲਿਖੇ ਬੰਦੇ ਨੂੰ ਸ਼ਾਇਦ ਕੋਈ ਗੱਲ ਜਲਦੀ ਸਮਝ ਆ ਜਾਂਦੀ ਹੋਵੇਗੀ ਪਰਮਾਰਧ ਕਹਿੰਦੇ ਜੋ ਪ੍ਰਾਣੀ ਗੋਬਿੰਦ ਧਿਆਵੈ ਪੜਿਆ ਅਣ ਪੜਿਆ ਪਰਮਗਤ ਪਾਵੇ ਜਿੱਥੇ ਸਾਡੀ ਅਕਾਡੈਮਿਕ ਸਟੱਡੀ ਹੈ ਪੜਾਈ ਹੈ ਮਜਬੂਰੀ ਹੈ ਸਾਡੀ ਤੇ ਸਾਡੇ ਲਈ ਜ਼ਰੂਰੀ ਹੈ ਉਹ ਪੜਾਈ ਕਰਨੀ ਤਾਂ ਕਿ ਸਾਡਾ ਪੈਸੇ ਵਾਲਾ ਪਾਸਾ ਸੋਸ਼ਲ ਸਟੇਟਸ ਸਾਡਾ ਚੰਗਾ ਰਹਿ ਜਾਵੇ ਉਹ ਇਸ ਕਰਕੇ ਪੜਾਈ ਹੈ ਪਰ ਇਸ ਪੜਾਈ ਦਾ ਹਰ ਕਿਸ ਮਤਲਬ ਇਹ ਨਹੀਂ ਹੈ ਵੀ ਇਹ ਪੜ ਲਈਏ ਤੇ ਸਾਨੂੰ ਸਾਰਾ ਕੁਝ ਹੀ ਪਤਾ ਲੱਗ ਗਿਆ ਹੈ ਅੱਜ ਕੱਲ ਤੇ ਇਹ ਪੜਾਈ ਦਿਮਾਗ ਦੇ ਦਰਵਾਜ਼ੇ ਜਾਦਾ ਬੰਦ ਕਰਦੀ ਪਈ ਹੈ ਚਲੋ ਅਸੀਂ ਇਸ ਵਿਸ਼ੇ ਨੂੰ ਨਹੀਂ ਸ਼ੁਰੂ ਕਰਾਂਗੇ ਕਿਉਂਕਿ ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚ ਹਰ ਤਰੀਕੇ ਦੇ ਲੋਕ ਆਉਂਦੇ ਨੇ ਮਹਾਰਾਜ ਤੁਮ ਮਾਫੀ ਮੰਗ ਕੇ ਕਹਿ ਰਿਹਾ ਹਾਂ ਇੱਥੇ ਉਹ ਵੀ ਆਉਣਗੇ ਜਿਨ੍ਹਾਂ ਦੇ ਕੋਲ ਬਹੁਤ ਜ਼ਿਆਦਾ ਡਿਗਰੀਆਂ ਨੇ ਜਿਨ੍ਹਾਂ ਦੇ ਕੋਲ ਪੜਾਈਆਂ ਵੀ ਚੰਗੀਆਂ ਨੌਕਰੀਆਂ ਵੀ ਚੰਗੀਆਂ ਸਾਰਾ ਕੁਝ ਹੀ ਚੰਗਾ ਤੇ ਮਾਫੀ ਮੰਗ ਕੇ ਫੇਰ ਆਖਦਾ ਪਿਆ ਹੈ ਇੱਥੇ ਉਹ ਵੀ ਆਉਣਗੇ ਜਿਨ੍ਹਾਂ ਨੂੰ ਸ਼ਾਇਦ ਅੱਖਰ ਵੀ ਨਾ ਆਉਂਦਾ ਹੋਵੇ ਜਿਨ੍ਹਾਂ ਨੂੰ ਇਹ ਵੀ ਨਾ ਪਤਾ ਹੋਵੇ ਕਿ ਅੱਗੇ ਲਿਖਿਆ ਕੀ ਪਿਆ ਹੈ ਮੈਂ ਨਈ ਕਿਸੇ ਨੂੰ ਪੜਾਉਣ ਵਾਲਾ ਤੇ ਨਾ ਮੈਂ ਕਿਸੇ ਨੂੰ ਗੱਲ ਕਰਨ ਵਾਲਾ ਸਾਡੇ ਪਹਿਲਾਂ ਦੇ ਹਾਲਾਤ ਹੀ ਇਦਾਂ ਦੇ ਸੀ ਕੌਣ ਪੜਦਾ ਹੁੰਦਾ ਸੀ ਕੋਈ ਵਿਰਲਾ ਪੜ ਜਾਂਦਾ ਹੁੰਦਾ ਸੀ ਕਿੰਨੇ ਕ ਜਾਣੇ ਪੜਦੇ ਸੀ ਕਿਤੇ ਅੱਜ ਤੇ ਮਜਬੂਰੀ ਹੋ ਗਈ ਹੈ ਜੇ ਮਜਬੂਰੀ ਨਾ ਹੋਵੇ ਤੇ ਕਿੰਨੇ ਕ ਜਾਣੇ ਪੜਨ ਤੁਹਾਨੂੰ ਵੀ ਸਾਰਾ ਪਤਾ ਹੈ ਇਹਦੇ ਬਾਰੇ ਤੇ ਇੱਕ ਗੱਲ ਵਾਰ-ਵਾਰ ਗੁਰਬਾਣੀ ਦੇ ਵਿੱਚ ਕੀਤੀ ਗਈ ਹੈ ਵੀ ਗਿਆਨ ਹਾਸਲ ਹੋ ਜਾਂਦਾ ਜੀ ਇਨਫਾਰਮੇਸ਼ਨ ਮਿਲ ਜਾਂਦੀ ਹੈ ਨੌਲੇਜ ਮਿਲ ਜਾਂਦੀ ਹੈ ਜਿਹੜੀ ਅੱਜ ਦੀ ਬੋਲੀ 'ਚ ਅਸੀਂ ਗੱਲਾਂ ਕਰਦੇ ਹਾਂ ਤੇ ਸੁਭਾਵਿਕ ਜੀ ਗੱਲ ਹੈ ਅਸੀਂ ਗਿਆਨੀ ਕਿੰਨੂੰ ਮੰਨਦੇ ਆਂ ਵਿਗਿਆਨੀ ਉਹਨੂੰ ਮੰਨਦੇ ਆ ਜਿਸ ਨੂੰ ਚਾਰ ਕਿਤਾਬਾਂ ਦੇ ਬਾਰੇ ਪਤਾ ਹੈ ਗਿਆਨੀ ਹੁਣ ਸਿਰਫ ਸਾਢੀ ਵਾਲੀ ਗੱਲ ਦੇ ਵਿੱਚ ਨਹੀਂ ਰਹਿ ਗਈ ਜਿਹਦੇ ਕੋਲ ਗਿਆਨ ਹੈ ਉਹਨੂੰ ਅਸੀਂ ਮੰਨ ਲਿਆ ਜੀ ਇਹ ਗਿਆਨੀ ਹੈ ਤੇ ਇਹਨਾਂ ਨੇ ਮਹਾਰਾਜ ਦੇ ਅੱਗੇ ਸਵਾਲ ਕੀਤਾ ਵੀ ਸੱਚੇ ਪਾਤਸ਼ਾਹ ਅਸੀਂ ਤਾਂ ਬਹੁਤਾ ਪੜ੍ਹੇ ਲਿਖੇ ਨਹੀਂ ਹਾਂ ਤੇ ਜਿਹੜਾ ਗਿਆਨ ਹੈ ਉਹ ਤੇ ਪੜਿਆਂ ਲਿਖਿਆਂ ਨੂੰ ਛੇਤੀ ਮਿਲ ਜਾਂਦਾ ਹੈ ਤੇ ਫਿਰ ਸਾਡਾ ਭਲਾ ਕਿਦਾਂ ਹੋਵੇਗਾ ਵੀ ਅਸੀਂ ਤਾਂ ਪੜ੍ਹੇ ਲਿਖੇ ਨਹੀਂ ਹਾਂ ਇੱਕ ਸਵਾਲ ਹੈ ਵੀ ਜੇ ਪੜ੍ਹੇ ਲਿਖੇ ਨਹੀਂ ਹਾਂ ਤੇ ਉਹਨਾਂ ਦਾ ਕੀ ਬਣੇ ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚ ਪੀਸੀ ਬਹੁਤਾ ਪੜੇ ਲਿਖੇ ਨਹੀਂ ਸਾਡਾ ਕੀ ਬਣੇ ਤੇ ਮਹਾਰਾਜ ਜੀ ਨੇ ਜਵਾਬ ਦਿੱਤਾ ਸਤਿਗੁਰੂ ਕਹਿੰਦੇ ਕਿ ਫਿਕਰ ਕਰਨ ਦੀ ਲੋੜ ਨਹੀਂ ਕਿਉਂਕਿ ਹਰ ਇੱਕ ਦੀ ਇੱਕ ਨੌਕਰੀ ਹੁੰਦੀ ਆ ਪੜੇ ਲਿਖੇ ਦੀਆਂ ਜ਼ਿੰਮੇਵਾਰੀਆਂ ਕੁਝ ਹੋਰ ਨੇ ਜਿਹੜੇ ਨਹੀਂ ਪੜੇ ਉਹਨਾਂ ਦੀਆਂ ਜ਼ਿੰਮੇਵਾਰੀਆਂ ਕੁਝ ਹੋਰ ਨੇ ਪਰ ਸਤਿਗੁਰੂ ਇਹ ਨਹੀਂ ਕਹਿੰਦੇ ਵੀ ਜਿਹੜੇ ਅਨਪੜ੍ਹ ਨੇ ਉਹ ਇੱਥੇ ਪਹੁੰਚ ਨਹੀਂ ਸਕਦੇ ਬੜੇ ਬਜ਼ੁਰਗ ਨੇ ਹੁਣ ਤੇ ਚਲੋ ਇੱਥੇ ਵੀ ਬੈਠਦੇ ਹੁੰਦੇ ਸੀ ਚੜਾਈ ਕਰ ਗਏ ਨੇ ਉਹ ਇਦਾਂ ਦੇ ਬਜ਼ੁਰਗ ਕਿ ਲਗਭਗ ਉਹਨਾਂ ਨੇ ਜੋ ਕੁਝ ਸੁਣਿਆ ਸੀ ਜੋ ਕੁਝ ਵੇਖਿਆ ਸੀ ਉਹ ਸਿਰਫ ਉਹਨਾਂ ਨੇ ਸੁਣਿਆ ਸੀ ਅੱਖਰ ਦਾ ਗਿਆਨ ਨਹੀਂ ਸੀ ਉਹਨਾਂ ਨੂੰ ਹੈਗਾ ਅਖਰੀ ਗਿਆਨ ਕੋਈ ਨਹੀਂ ਸੀ ਪਤਾ ਨਹੀਂ ਕਿ ਸਾਹਮਣੇ ਕੀ ਲਿਖਿਆ ਹੈ ਕੋਈ ਅਖਰੀ ਗਿਆਨ ਨਹੀਂ ਪਰ ਸਾਖੀ ਉਹਨਾਂ ਦੇ ਕੋਲੋਂ ਜਿੱਥੋਂ ਮਰਜ਼ੀ ਪੁੱਛ ਲੋ ਗੁਰੂ ਸਾਹਿਬ ਦੇ ਬਾਰੇ ਦੱਸ ਦਿੰਦੇ ਸੀ ਕਿ ਐਸ ਗੁਰੂ ਸਾਹਿਬ ਦੇ ਨਾਲ ਸੰਬੰਧਿਤ ਗੱਲ ਹੈ ਇਹ ਸੰਗਤ ਦੇ ਪੜੇ ਲਿਖੇ ਬੰਦੇ ਸੀ ਜਿਹੜੇ ਸੰਗਤ ਦੇ ਵਿੱਚੋਂ ਇਨਫੋਰਮੇਸ਼ਨ ਲੈਂਦੇ ਸੀ ਅਖਰੀ ਗਿਆਨ ਕੋਈ ਨਹੀਂ ਬਸ ਸੁਣ ਸੁਣ ਕੇ ਗੱਲਾਂ ਯਾਦ ਕਰ ਲਿਆ ਔਰ ਬੜੇ ਬਜ਼ੁਰਗ ਇਦਾਂ ਦੇ ਸਾਰੀਆਂ ਸਾਰੀਆਂ ਕਥਾਵਾਂ ਯਾਦ ਨੇ ਉਹਨਾਂ ਨੂੰ ਇਸ ਕਰਕੇ ਮਹਾਰਾਜ ਜੀ ਨੂੰ ਕਹਿੰਦੇ ਸੱਚੇ ਪਾਤਸ਼ਾਹ ਅਸੀਂ ਪੜੇ ਨਹੀਂ ਸਤਿਗੁਰੂ ਕਹਿੰਦੇ ਫਿਕਰ ਕਰਨ ਦੀ ਜ਼ਰੂਰਤ ਨਹੀਂ ਤੁਸੀਂ ਨਹੀਂ ਪੜੇ ਤੇ ਤੁਸੀਂ ਕਹਿੰਦੇ ਜੇ ਨਾ ਤੁਹਾਡਾ ਭਲਾ ਕਿੱਦਾਂ ਹੋਵੇ ਮਹਾਰਾਜ ਕਹਿੰਦੇ ਬਸ ਦੋ ਕੰਮ ਕਰੋ ਇੱਕ ਉਹ ਕੰਮ ਹੈ ਜੋ ਤੁਸੀਂ ਨਹੀਂ ਕਰਨਾ ਤੇ ਇੱਕ ਉਹ ਕੰਮ ਹੈ ਜਿਹੜੇ ਤੁਸੀਂ ਕਰਨੇ ਨੇ ਹੁਣ ਇਹ ਭਾਵੇਂ ਪੜਿਆ ਲਿਖਿਆ ਕਰ ਲਵੇ ਤੇ ਭਾਵੇਂ ਅਨਪੜ ਕਰ ਲਵੇ ਅਸਲ ਦੇ ਵਿੱਚ ਗੱਲ ਹੁੰਦੀ ਵੀ ਸੌਖੇ ਸੌਖੇ ਤਰੀਕੇ ਨਾਲ ਸਮਝਾਉਣਾ ਮਹਾਰਜ ਕਹਿੰਦੇ ਵੀ ਦੋ ਕੰਮ ਨੇ ਇੱਕ ਕਰ ਲਿਓ ਤੇ ਇੱਕ ਕੰਮ ਤੁਸੀਂ ਨਹੀਂ ਕਰਨਾ ਸਤਿਗੁਰੂ ਨੂੰ ਪੁੱਛਿਆ ਮਹਾਰਜ ਕੀ ਕੰਮ ਕਰਨਾ ਹੈ ਦਾਤਾਰ ਕਹਿੰਦੇ ਵੀ ਤੁਸੀਂ ਇਹ ਕਰਨਾ ਹੈ ਗੁਰਸਿੱਖਾਂ ਦੀ ਸੇਵਾ ਕਰਿਓ ਹੁਣ ਸੇਵਾ ਜਿਹਨੇ ਬਾਲਟੀ ਚੁੱਕਣੀ ਹੈ ਉਥੇ ਕੀ ਲੋਡ ਪੈ ਰਿਹਾ ਵੀ ਜਿਹੜਾ ਬੰਦੇ ਨੇ ਪੀ ਐਚ ਡੀ ਕੀਤੀ ਉਹ ਬਾਲਟੀ ਜ਼ਿਆਦਾ ਚੁੱਕ ਲੈਂਦਾ ਤੇ ਜਿਹੜਾ ਬੰਦਾ ਪੜ੍ਹਿਆ ਲਿਖਿਆ ਨਹੀਂ ਉਹ ਬਾਲਟੀ ਘੱਟ ਚੁੱਕ ਲੈਂਦਾ ਬਾਲਟੀ ਚੁੱਕਣ ਲਈ ਪੜ੍ਹਾਈ ਥੋੜਾ ਚਾਹੀਦੀ ਹੈ ਬਾਲਟੀ ਚੁੱਕਣ ਲਈ ਤੇ ਇੱਕ ਲਿਆਕਤ ਚਾਹੀਦੀ ਹੈ ਸਮਝ ਚਾਹੀਦੀ ਹੈ ਬਾਲਟੀ ਚੁੱਕ ਸਕਦੇ ਨੇ ਲੰਗਰ ਦੇ ਵਿੱਚ ਸੇਵਾ ਕਰਨੀ ਹੈ ਉੱਥੇ ਥੋੜਾ ਪੁੱਛਿਆ ਜਾਵੇਗਾ ਕਿ ਡਿਗਰੀ ਦੱਸ ਤੇਰੀ ਤੇ ਫਿਰ ਤੈਨੂੰ ਲੰਗਰ ਦੇ ਅੰਦਰ ਵਾੜਨਾ ਨਹੀਂ ਕੋਈ ਵੀ ਸੇਵਾ ਕਰ ਲਵੇ ਮਹਾਰਜ ਕਹਿੰਦੇ ਕਰਨਾ ਕੀ ਹੈ ਤੁਸੀਂ ਗੁਰਸਿੱਖਾਂ ਦੀ ਸੇਵਾ ਕਰਨੀ ਹੈ ਔਰ ਜਿੰਨੀ ਹੋ ਸਕੇ ਰੱਬ ਰੂਪ ਜਾਣ ਕੇ ਸੇਵਾ ਕਰਨੀ ਹੈ ਇੱਥੇ ਪੜ੍ਹਾਈ ਕਿੱਥੇ ਕੰਮ ਆਵੇਗੀ ਇੱਥੇ ਪੜ੍ਹਾਈ ਦਾ ਕੋਈ ਮਸਲਾ ਹੀ ਨਹੀਂ ਮੈਂ ਇਹ ਨਹੀਂ ਕਹਿ ਰਿਹਾ ਕਿ ਪੜ੍ਹਾਈ ਕਰਨੀ ਨਹੀਂ ਮਹਾਰਜ ਨੇ ਪਰ ਸਤਿਗੁਰੂ ਨੇ ਇਹ ਕਿਹਾ ਵੀ ਇਹ ਨਾ ਸੋਚੋ ਵੀ ਪੜ੍ਹਾਈ ਪੱਲੇ ਨਹੀਂ ਹੈ ਤੇ ਸ਼ਾਇਦ ਸਾਨੂੰ ਕੁਝ ਰੱਬ ਵਾਲਾ ਪਾਸਾ ਨਹੀਂ ਮਿਲੇਗਾ ਰੱਬ ਨੂੰ ਪੜ੍ਹਾਈ ਦੇ ਨਾਲ ਕੋਈ ਮਤਲਬ ਹੀ ਨਹੀਂ ਹੈ ਇਹ ਸਿਰਫ ਕਹਿਣ ਸੁਣਨ ਦੀਆਂ ਗੱਲਾਂ ਨੇ ਵੀ ਸਾਡ ਨੂੰ ਇੰਜ ਲੱਗਣ ਲੱਗ ਪਿਆ ਵੀ ਪੜ੍ਹੇ ਨਹੀਂ ਤੇ ਪਤਾ ਨਹੀਂ ਕੀ ਹੋਵੇਗਾ ਅਧਿਆਤਮ ਮਾਰਗ ਦੇ ਉੱਤੇ ਮਾਰਗ ਕਹਿੰਦੇ ਤੁਸੀਂ ਚੱਲਣਾ ਚਾਹੁੰਦੇ ਜੇ ਤੇ ਭਾਈ ਇੱਕ ਕੰਮ ਕਰਿਓ ਗੁਰਸਿੱਖਾਂ ਦੀ ਸੇਵਾ ਕਰਿਓ ਕਿਸੇ ਵੀ ਰੂਪ ਦੇ ਵਿੱਚ ਹੋ ਜਾਵੇ ਚਾਹੇ ਉਹ ਸੇਵਾ ਦੇ ਰੂਪ ਦੇ ਵਿੱਚ ਹੋ ਜਵੇ ਮਾਇਆ ਦੇ ਰੂਪ ਦੇ ਵਿੱਚ ਹੋ ਜਵੇ ਜਿਸ ਵੀ ਰੂਪ ਦੇ ਵਿੱਚ ਹੋ ਜਵੇ ਤੁਸੀਂ ਸੇਵਾ ਕਰਿਓ ਫਿਰ ਸੱਚੇ ਪਾਤਸ਼ਾਹ ਨੂੰ ਕਹਿੰਦੇ ਮਹਾਰਾਜ ਇਹਤ ਬੜਾ ਸੌਖਾ ਜਿਹਾ ਮੈਸੇਜ ਤੁਹਾਡਾ ਸਮਝ ਗਿਆ ਵੀ ਬਹੁਤੀਆਂ ਡੂੰਘੀਆਂ ਗੱਲਾਂ ਨਹੀਂ ਸਾਨੂੰ ਪੜਨ ਨੂੰ ਮਿਲੀਆਂ ਤੇ ਫਿਰ ਕਰਨਾ ਕੀ ਨਹੀਂ ਹੈ ਮਹਾਰਾਜ ਕਹਿੰਦੇ ਚਾਰ ਚੀਜ਼ਾਂ ਤੁਸੀਂ ਨਹੀਂ ਕਰਨੀਆਂ ਦਾਤਾਰ ਜੀ ਕਿਹੜੀਆਂ ਚਾਰ ਚੀਜ਼ਾਂ ਨਹੀਂ ਕਰਨੀਆਂ ਮਹਾਰਾਜ ਕਹਿੰਦੇ ਇੱਕ ਚੀਜ਼ ਨੂੰ ਪੱਕਾ ਇਹ ਦਿਮਾਗ ਦੇ ਵਿੱਚ ਬਿਠਾ ਲਓ ਕਿ ਕਿਸੇ ਨਾਲ ਈਰਖਾ ਨਹੀਂ ਕਰਨੀ ਮਰਦ ਤੋਂ ਮਾਫੀ ਮੰਗ ਕੇ ਤੇ ਮੈਂ ਇਸ ਗੱਲ ਨੂੰ ਕਹਿ ਰਿਹਾ ਜੇ ਜਿੰਨੀ ਈਰਖਾ ਪੜੇ ਲਿਖੇ ਬੰਦੇ ਦੇ ਅੰਦਰ ਅੱਜ ਕੱਲ ਹੈ ਉਹ ਨਹੀਂ ਅਨਪੜਾਂ ਦੇ ਅੰਦਰ ਹੈ ਹੀ ਨਹੀਂ ਸਾਨੂੰ ਸਕੂਲਾਂ ਦੇ ਵਿੱਚ ਕੰਪੀਟੀਸ਼ਨਸ ਦੇ ਵਿੱਚ ਇੰਨਾ ਫਸਾ ਦਿੱਤਾ ਗਿਆ ਹੈ ਕਿ ਸਾਡੇ ਨਰਸਰੀ ਵਿੱਚ ਪੜਦੇ ਬੱਚੇ ਜਿਹੜੇ ਨੇ ਉਹ ਇੰਨੇ ਪ੍ਰੈਸ਼ਰ ਦੇ ਵਿੱਚ ਜੀਂਦੇ ਨੇ ਉਹ ਨਾ ਮੇਰੇ ਤੋਂ ਅੱਗੇ ਨਿਕਲ ਜਾਵੇ ਉਹ ਨਾ ਮੇਰੇ ਤੋਂ ਅੱਗੇ ਨਿਕਲ ਜਾਵੇ ਜੇ ਨਿਕਲ ਗਿਆ ਤੇ ਸਿਰਫ ਈਰਖਾ ਹੈ ਸਾੜਾ ਹੈ ਵੀ ਉਹ ਕਿਉਂ ਨਿਕਲ ਗਿਆ ਮੇਰੇ ਤੋਂ ਅੱਗੇ ਇਹ ਚੀਜ਼ਾਂ ਅਸੀਂ ਸਿਖਾ ਰਹੇ ਹਾਂ ਜਸਟ ਕੰਪੀਟੀਸ਼ਨਸ ਦੇ ਨਾਂ ਦੇ ਉੱਤੇ ਹਰ ਚੀਜ਼ ਦਾ ਕੰਪੀਟੀਸ਼ਨ ਹਰ ਚੀਜ਼ ਦਾ ਕੰਪੀਟੀਸ਼ਨ ਕਰਕੇ ਪ੍ਰੈਸ਼ਰ ਇੰਨਾ ਜ਼ਿਆਦਾ ਪਾ ਦਿੱਤਾ ਗਿਆ ਔਰ ਮਹਾਰਾਜ ਨੇ ਇਸ ਕਰਕੇ ਕੀ ਜਿਨ੍ਹਾਂ ਨੂੰ ਆਪਣੀ ਪੜ੍ਹਾਈ ਦਾ ਹੰਕਾਰ ਹੋ ਜਾਂਦਾ ਹੈ ਉਹ ਪੜ੍ਹੇ ਲਿਖੇ ਮੂਰਖ ਨੇ ਇੱਧ ਤੋਂ ਵੱਧ ਕੁਝ ਵੀ ਨਹੀਂ ਹੈ ਪੜ੍ਹਾਈ ਨਹੀਂ ਰੋਕੀ ਮਹਾਰਾਜ ਨੇ ਪਰ ਮਹਾਰਾਜ ਕਹਿੰਦੇ ਜਿਹੜੀ ਚੀਜ਼ ਨੂੰ ਪੜ੍ਹ ਕੇ ਤੁਸੀਂ ਪਾਰ ਹੋਣਾ ਸੀ ਤੁਹਾਨੂੰ ਉਸੇ ਚੀਜ਼ ਨੇ ਡੋਬ ਦਿੱਤਾ ਹੈ ਪੜਿਆ ਮੂਰਖ ਆਖੀ ਆ ਜਿਸ ਲੱਭ ਲੋਭ ਅਹੰਕਾਰਾ ਜਿਹਨੂੰ ਲੱਭ ਹੈ ਜਿਹਦਾ ਲਾਲਚ ਹੀ ਨਹੀਂ ਮੁੱਕਾ ਪੜ ਕੇ ਉਹਨੇ ਕੀ ਪੜਿਆ ਉਹਨੇ ਕੀ ਪੜਿਆ ਹੈ ਉਹਨੇ ਤਸਕੋ ਇਸ ਕੰਮ ਲਈ ਵਰਤਣਾ ਸ਼ੁਰੂ ਕਰ ਦਿੱਤਾ ਮਹਾਰਾਜ ਕਹਿੰਦੇ ਇੱਕ ਸੁਭਾਅ ਬਣਾ ਕੇ ਚੱਲਿਓ ਈਰਖਾ ਨਹੀਂ ਕਰਨੀ ਕਿਸੇ ਦੇ ਨਾਲ ਮੈਂ ਰਾਤੀ ਵੀ ਬੇਨਤੀ ਕੀਤੀ ਸੀ ਬੰਦਾ ਬਰਾਬਰ ਵਾਲਿਆਂ ਦੇ ਨਾਲ ਈਰਖਾ ਕਰਦਾ ਹੈ ਉੱਚਿਆਂ ਤੋਂ ਤੇ ਸੜਦਾ ਹੈ ਤੇ ਹੇਠਾਂ ਵਾਲਿਆਂ ਨੂੰ ਦਬਕੇ ਮਾਰਦਾ ਹੰਕਾਰ ਥੱਲੇ ਵਾਲਿਆਂ ਤੇ ਕਰਦਾ ਹੈ ਬਰਾਬਰ ਵਾਲਿਆਂ ਦੇ ਨਾਲ ਈਰਖਾ ਕਰਦਾ ਹੈ ਸਤਿਗੁਰੂ ਕਹਿੰਦੇ ਸੁਭਾਅ ਬਣਾ ਲਓ ਈਰਖਾ ਨਹੀਂ ਕਰਨੀ ਕਿਸੇ ਤੋਂ ਮਹਾਰਾਜ ਜੀ ਬਾਕੀ ਕੀ ਨਹੀਂ ਕਰਨਾ ਸੱਚੇ ਪਾਤਸ਼ਾਹ ਕਹਿੰਦੇ ਫਿਰ ਇੱਕ ਕੰਮ ਹੋਰ ਕਰਿਓ ਹੰਕਾਰ ਵੀ ਨਹੀਂ ਕਰਨਾ ਸੰਗਤ ਦੇ ਵਿੱਚ ਹਰ ਤਰੀਕੇ ਦੇ ਬੰਦੇ ਮਿਲਣਗੇ ਤੁਹਾਨੂੰ ਇੱਥੇ ਜਦੋਂ ਵੀ ਅਸੀਂ ਜੀਂਦੇ ਆ ਨਾ ਇਸ ਲੈਵਲ ਦੇ ਉੱਤੇ ਜੀਂਦੇ ਆ ਜਾਂ ਦੁਨੀਆਂ ਦੇ ਵਿੱਚ ਜੀਂਦੇ ਆ ਮੈਂ ਰਾਤੀ ਵੀ ਬੇਨਤੀ ਕੀਤੀ ਸੀ ਜਦੋਂ ਵੀ ਅਸੀਂ ਜੀਂਦੇ ਹਾਂ ਤੇ ਚਾਰ ਤਰੀਕੇ ਦੇ ਬੰਦੇ ਹੁੰਦੇ ਨੇ ਇੱਥੇ ਲਗਭਗ ਇੱਕ ਉਹ ਜਿਹੜੇ ਸਾਡੇ ਵਰਗੇ ਬਰਾਬਰ ਹੁੰਦੇ ਨੇ ਜਿਨ੍ਹਾਂ ਨੂੰ ਸਾਡੇ ਜਿੰਨਾ ਹੀ ਆਉਂਦਾ ਹੁੰਦਾ ਹੈ ਸਾਡੇ ਕਿ ਜਿੰਨਾ ਜਿਨ੍ਹਾਂ ਦੇ ਕੋਲ ਪੈਸਾ ਹੁੰਦਾ ਹੈ ਇਹੋ ਜਿਹੇ ਬੰਦੇ ਤੇ ਇੱਕ ਫਿਰ ਉਹ ਹੁੰਦੇ ਨੇ ਜਿਹੜੇ ਸਾਡੇ ਤੋਂ ਲਗਭਗ ਬਹੁਤ ਉੱਚੇ ਹੁੰਦੇ ਨੇ ਜਿਨ੍ਹਾਂ ਨੂੰ ਕੋਈ ਫਰਕ ਹੀ ਨਹੀਂ ਪੈਂਦਾ ਦੁਨੀਆਂ 'ਚ ਜੋ ਮਰਜ਼ੀ ਹੁੰਦਾ ਰਵੇ ਇੱਕ ਫਿਰ ਉਹ ਵੀ ਹੁੰਦੇ ਨੇ ਜਿਹੜੇ ਸਾਡੇ ਤੋਂ ਨੀਵੇਂ ਵੀ ਹੁੰਦੇ ਨੇ ਇਦਾਂ ਦੇ ਬੰਦੇ ਹੁਣ ਸੰਗਤ ਦੇ ਵਿੱਚ ਵੀ ਇਦਾਂ ਦੇ ਬੰਦੇ ਮਿਲਣਗੇ ਜਿਨ੍ਹਾਂ ਨੂੰ ਮਾਫ਼ ਕਰਿਓ ਇਦਾਂ ਕਹਿ ਲਈਏ ਕਿ ਭਾਵੇਂ ਕਈ ਸਾਲ ਹੋ ਗਏ ਸੰਗਤ ਕਰਦਿਆਂ ਨੂੰ ਅੱਖਰ ਨਹੀਂ ਪਤਾ ਲੱਗਾ ਵੀ ਸੰਗਤ ਦੇ ਵਿੱਚ ਬਹਿ ਕੇ ਕਰਨਾ ਕੀ ਹੈ ਮੈਂ ਨਹੀਂ ਸਮਝਾਉਣ ਵਾਲਾ ਕਿਸੇ ਨੂੰ ਮਾਫੀ ਮੰਗ ਕੇ ਕਹਿ ਰਿਹਾ ਹਾਂ ਪਰ ਸੰਗਤ ਦੇ ਵਿੱਚ ਹਰ ਤਰੀਕੇ ਦੇ ਬੰਦੇ ਮਿਲਣਗੇ ਜਿਨ੍ਹਾਂ ਨੂੰ ਸਮਝ ਹੀ ਨਹੀਂ ਹੁੰਦੀ ਵੀ ਆਪਾਂ ਬੈਠੇ ਕਿੱਥੇ ਆ ਤੇ ਆਪਾਂ ਕਰ ਕੀ ਰਹੇ ਹਾਂ ਇਹੋ ਜਿਹੇ ਬੰਦੇ ਵੀ ਹੁੰਦੇ ਨੇ ਤੇ ਸੰਗਤ ਦੇ ਵਿੱਚ ਇਹੋ ਜਿਹੇ ਬੰਦੇ ਵੀ ਆ ਜਾਂਦੇ ਨੇ ਭਾਈ ਜਿਨ੍ਹਾਂ ਦੇ ਕੋਲੋਂ ਵੇਖ ਕੇ ਤੇ ਸਿੱਖਣ ਦੀ ਲੋੜ ਹੁੰਦੀ ਹੈ ਕਿ ਆਹ ਬੰਦੇ ਵੱਲ ਵੇਖ ਕੇ ਸਿੱਖਿਆ ਜਾ ਸਕਦਾ ਹੈ ਵੀ ਸੰਗਤ ਦੇ ਵਿੱਚ ਬੈਠੀ ਦਾ ਕਿਵੇਂ ਹੈ ਸਤਿਗੁਰੂ ਕਹਿੰਦੇ ਵੀ ਹਰ ਤਰੀਕੇ ਦੇ ਬੰਦੇ ਆਉਣਗੇ ਤੇ ਜੇਕਰ ਤੁਸੀਂ ਸੰਗਤ ਦੇ ਵਿੱਚ ਆਏ ਤਾਂ ਤੁਹਾਨੂੰ ਇੰਝ ਲੱਗਣ ਲੱਗ ਪਵੇ ਕਿ ਹਾਂ ਇਸ ਬੰਦੇ ਨਾਲੋਂ ਮੈਨੂੰ ਜ਼ਿਆਦਾ ਆਉਂਦਾ ਹੈ ਤੇ ਸੁਭਾਵਕ ਚੀ ਗੱਲ ਹੈ ਹੰਕਾਰ ਪੈਦਾ ਹੋਵੇਗਾ। ਵੀ ਆਹ ਤਾਂ ਮੇਰੇ ਤੋਂ ਪਿੱਛੇ ਹੀ ਹੈ ਨਾ। ਆਹ ਤਾਂ ਮੇਰੇ ਤੋਂ ਨੀਵਾ ਹੀ ਹੈ ਨਾ। ਮਰਦ ਕਹਿੰਦੇ ਇਸ ਆਦਤ ਨੂੰ ਵੀ ਛੱਡ ਦਿਓ। ਹੰਕਾਰ ਨਹੀਂ ਕਰਨਾ ਕਦੀ ਵੀ ਮੈਨੂੰ ਆਹ ਗੱਲ ਜ਼ਿਆਦਾ ਪਤਾ ਲੱਗ ਗਈ ਹੈ। ਹੁਣ ਇੱਥੇ ਪੜ੍ਹਾਈ ਕੀ ਕੰਮ ਕਰੇਗੀ? ਪੜ੍ਹੇ ਲਿਖੇ ਵੀ ਉਹਨੇ ਹੰਕਾਰੀ ਤੇ ਅਨਪੜ੍ਹ ਤੇ ਚਲੋ ਹੈ ਹੀ ਹੈ ਹੋਣਗੇ। ਪਰ ਬਾਕੀਆਂ ਨੂੰ ਘੱਟ ਮੈਂ ਵਾਰ-ਵਾਰ ਕਹਿੰਦਾ ਵੀ ਜਿਨਨੇ ਫਾਲਟ ਪੜਿਆਂ ਲਿਖਿਆਂ ਦੇ ਵਿੱਚ ਨੇ ਅਨਪੜਾਂ ਦੇ ਵਿੱਚ ਉਹਨੇ ਫਾਲਟ ਲੱਗੇ ਨਹੀਂ ਮੈਨੂੰ ਉਹਨਾਂ ਦੇ ਰਸਤੇ ਗਲਤ ਹੋ ਸਕਦੇ ਨੇ ਪਰ ਪੜੇ ਲਿਖੇ ਚਲਾਕ ਹੋ ਕੇ ਤੇ ਜਾਣ ਬੁੱਝ ਕੇ ਗਲਤੀਆਂ ਕਰਦੇ ਨੇ ਚਲੋ ਇੱਕ ਪਾਸਾ ਹੈ ਸਤਿਗੁਰੂ ਕਹਿੰਦੇ ਹੰਕਾਰ ਨਹੀਂ ਕਰਨਾ ਈਰਖਾ ਨਹੀਂ ਕਰਨੀ ਦੂਜੇ ਨੰਬਰ ਦੇ ਉੱਤੇ ਮਾਰਦ ਕਹਿੰਦੇ ਫਿਰ ਭਾਈ ਨਿੰਦਾ ਨਹੀਂ ਕਰਨੀ ਕਿਸੇ ਦੀ ਐਵੇਂ ਨਹੀਂ 10 ਮਿੰਟ ਉੱਥੇ ਬਰਬਾਦ ਕਰਤੇ 15 ਮਿੰਟ ਉੱਥੇ ਬਰਬਾਦ ਕਰਤੇ ਤੇ ਸਾਡੀ ਗੱਲ ਦਾ ਟੌਪਿਕ ਕੀ ਹੋਵੇ ਥਰਡ ਪਰਸਨ ਔਰ ਅਕਸਰ ਵੇਖ ਲਓ ਇਹੋ ਹੀ ਹੋ ਰਿਹਾ ਹੈ ਸਾਡੀ ਟਾਈਮ ਵੇਸਟਿੰਗ ਵੀ ਇਹਦੇ ਵਿੱਚ ਹੈ ਅੱਗੇ ਵੀ ਗੱਲ ਕਲੀਅਰ ਹੋਵੇਗੀ ਜਦੋਂ ਅਗਲੀ ਗੱਲ ਅਸੀਂ ਅਗਲੇ ਗੁਰਸਿੱਖ ਦੀ ਪੜਾਂਗੇ ਸਾਡੇ ਟੌਪਿਕਸ ਕੀ ਚੱਲਦੇ ਪਏ ਨੇ ਅੱਜਕੱਲ ਤੁਸੀਂ ਵੇਖ ਲਿਓ ਪਹਿਲੀ ਗੱਲ ਤੇ ਮੈਂ ਆਪਣੇ ਬਾਰੇ ਗੱਲ ਕਰਦਾ ਹੀ ਨਹੀਂ ਕਿਉਂਕਿ ਜੇ ਆਪਣੇ ਬਾਰੇ ਕਰਾਂ ਤਾਂ ਇਕੱਲਾ ਵੀ ਕਰ ਸਕਦਾ ਹਾਂ ਆਪਣੇ ਬਾਰੇ ਗੱਲ ਨਹੀਂ ਕਰਦਾ ਜਿਹਦੇ ਨਾਲ ਗੱਲ ਕਰਦਾ ਪਿਆ ਹਾਂ ਸਾਡੀ ਦੋਵਾਂ ਦੀ ਗੱਲ ਨਹੀਂ ਹੋ ਰਹੀ ਗੱਲ ਹੋ ਰਹੀ ਆ ਥਰਡ ਪਰਸਨ ਦੀ ਉਹਨੇ ਐਦਾਂ ਕਰਤਾ ਉਹਨੇ ਐਦਾਂ ਕਰ ਦਿੱਤਾ ਜਾਂ ਤੇ ਉਹਦੀਆਂ ਬੁਰਾਈਆਂ ਫੋਲੀਆਂ ਜਾ ਰਹੀਆਂ ਨੇ ਚਲੋ ਮੈਂ ਕਹਿੰਨਾ ਕਿ ਚੰਗਿਆਈਆਂ ਵੀ ਫੋਲੀਆਂ ਜਾ ਰਹੀਆਂ ਹੋਣਗੀਆਂ ਪਰ ਹੋ ਕੀ ਰਿਹਾ ਹੈ ਇਹਦੇ ਨਾਲ ਮੈਂ ਮੰਨ ਲਓ ਕਿਸੇ ਥਰਡ ਪਰਸਨ ਦੀ ਸਾਰਾ ਦਿਨ ਗੱਲ ਨਹੀਂ ਕਰਦਾ ਕੋਈ ਫਰਕ ਨਹੀਂ ਪੈਂਦਾ ਜ਼ਿੰਦਗੀ ਦੇ ਵਿੱਚ ਜੇ ਕਰ ਵੀ ਲਈਏ ਸਾਰਾ ਦਿਨ ਉਹਦੇ ਬਾਰੇ ਗੱਲਾਂ ਕਰਦਾ ਰਿਹਾ ਫਿਰ ਵੀ ਕੋਈ ਫਰਕ ਨਹੀਂ ਪੈਂਦਾ ਜਦੋਂ ਫਰਕ ਹੀ ਨਹੀਂ ਪੈਂਦਾ ਤਾਂ ਮੈਂ ਕਿਉਂ ਉਸ ਪਾਸੇ ਟਾਈਮ ਵੇਸਟ ਕਰਦਾ ਪਿਆ ਮਰਦ ਕਹਿੰਦੇ ਤੁਹਾਨੂੰ ਚੰਗੇ ਬੁਰੇ ਹਰ ਤਰੀਕੇ ਦੇ ਲੋਕ ਮਿਲਣਗੇ ਇਨਾਂ ਦੇ ਉੱਤੇ ਟਾਈਮ ਆਪਣਾ ਨਾਮ ਬਰਬਾਦ ਕਰਿਓ ਨਿੰਦਾ ਨਾ ਕਰਿਓ ਅੱਜ ਕੱਲ ਇੱਕ ਟ੍ਰੈਂਡ ਵੀ ਚੱਲਦਾ ਪਿਆ ਨਾ ਅੱਜ ਕੱਲ ਆਪਣੀ ਲਾਈਨ ਡਰਾ ਕਰਨ ਦੀ ਬਜਾਏ ਇਹ ਜ਼ਿਆਦਾ ਫਾਇਦਾ ਸੋਚਿਆ ਜਾਂਦਾ ਵੀ ਦੂਜੇ ਤੇ ਚਿੱਕੜ ਸੁੱਟੋ ਲੋਕੀ ਮੈਨੂੰ ਆਪੇ ਕਹਿਣਗੇ ਵੀ ਤੂੰ ਬੜਾ ਸਾਫ਼ ਹੈ ਤੁਸੀਂ 40 ਮਿੰਟ ਦਾ ਲੈਕਚਰ ਕਿਸੇ ਲੀਡਰ ਦਾ ਸੁਣ ਲਓ ਬਹੁਤ ਵਿਰਲੇ ਬੰਦਿਆਂ ਨੂੰ ਛੱਡ ਕੇ ਉਹ ਇਹ ਕਹਿੰਦੇ ਨੇ ਦੂਜਿਆਂ ਨੇ ਬੇੜਾਗਰ ਕੀਤਾ ਹੈ ਦੂਜਿਆਂ ਨੇ ਪਠਾ ਬਿਠਾਇਆ ਦੇਸ਼ ਦਾ ਦੂਜਿਆਂ ਨੇ ਉਹ ਕੀਤਾ ਹੈ ਉਹਨਾਂ ਦੇ ਲੈਕਚਰ ਦੇ ਵਿੱਚ 40 ਮਿੰਟ ਦਾ ਲੈਕਚਰ ਹੈ 30 ਮਿੰਟ ਤੇ ਇਹੋ ਹੀ ਹੈ ਕਿ ਦੂਜਿਆਂ ਨੇ ਸਾਰਾ ਨੁਕਸਾਨ ਕੀਤਾ ਹੈ ਆਪਣੇ ਬਾਰੇ ਕੋਈ ਕੁਝ ਨਹੀਂ ਬੋਲ ਕੇ ਜਾਂਦਾ ਵੀ ਆਸੀਂ ਪਲੱਸ ਵੀ ਕੀਤਾ ਹੈ ਹੋਵੇ ਤਾਂ ਕੁਝ ਬੋਲਣ ਜਦੋਂ ਸੁਭਾਅ ਦੇ ਵਿੱਚ ਇਹ ਨਿੰਦਾ ਵੜ ਗਈ ਹੈ ਵੀ ਬਸ ਅਗੇਂਸਟ ਹੀ ਬੋਲਣਾ ਹੈ ਬੁਰਾ ਹੀ ਬੋਲਣਾ ਹੈ ਇਹ ਮਰਦ ਕਹਿੰਦੇ ਇਹਨੂੰ ਕੱਢਿਓ ਆਪਣੀ ਨੇਚਰ ਦੇ ਵਿੱਚੋਂ ਤਿੰਨ ਗੱਲਾਂ ਤੇ ਇਹ ਹੋਗੀਆਂ ਈਰਖਾ ਨਹੀਂ ਕਰਨੀ ਹੰਕਾਰ ਨਹੀਂ ਕਰਨਾ ਤੇ ਮਰਦ ਕਹਿੰਦੇ ਨਿੰਦਾ ਨਹੀਂ ਕਰਨੀ ਤੇ ਫਿਰ ਇੱਕ ਗੱਲ ਹੋ ਗਈ ਸਤਿਗੁਰੂ ਕਹਿੰਦੇ ਧੱਕਾ ਵੀ ਨਹੀਂ ਕਰਨਾ ਕਿਸੇ ਦੇ ਨਾਲ ਇਹ ਦੋ ਤਰੀਕੇ ਦੀਆਂ ਗੱਲਾਂ ਹੁੰਦੀਆਂ ਨੇ ਬੜੀ ਕਮਾਲ ਦੀ ਖੇਡ ਐ ਵੈਸੇ ਧੱਕਾ ਦੋ ਤਰੀਕਿਆਂ ਦੇ ਨਾਲ ਅਸੀਂ ਕਰਦੇ ਹਾਂ ਇੱਕ ਤਾਂ ਹੁੰਦਾ ਵੀ ਜਿੱਥੇ ਮੇਰੀ ਪਾਵਰ ਚੱਲਦੀ ਆ ਵੀ ਨਈਮਾਨਦਰ ਤੈਨੂੰ ਮੈਂ ਮਨਾ ਲੈਣਾ ਫਿਰ ਇੱਕ ਤੇ ਇਹ ਧੱਕਾ ਹੁੰਦਾ ਹੈ ਇੱਕ ਆ ਵੀ ਧੱਕਾ ਹੁੰਦਾ ਮੈਨੂੰ ਮਾਫ਼ ਕਰ ਦਿਓ ਮੈਂ ਤੁਹਾਨੂੰ ਕਹਿਣ ਲੱਗਾ ਮੰਨ ਲਓ ਸਕੂਲ ਦੇ ਵਿੱਚ ਟੀਚਰ ਪੜਾ ਰਿਹਾ ਹੈ ਤੁਸੀਂ ਵੀ ਇੱਥੇ ਆ ਕੇ ਬੈਠੇ ਦੇ ਤੇ ਮੈਂ ਤੁਹਾਨੂੰ ਕਹੀ ਜਾਵਾਂ ਵੀ ਨਹੀਂ ਉੱਠ ਕੇ ਨਹੀਂ ਜਾਣਾ ਉੱਠ ਕੇ ਨਹੀਂ ਜਾਣਾ ਸੁਣ ਕੇ ਹੀ ਜਾਇਓ ਉੱਠ ਕੇ ਨਹੀਂ ਜਾਣਾ ਸੁਣ ਕੇ ਨਾ ਜਾਇਓ ਸੁਣ ਕੇ ਹੀ ਜਾਇਓ ਇਹ ਕੀ ਹੋ ਗਿਆ ਚਲੋ ਤੁਸੀਂ ਵੀ ਮਹਾਰਾਜ ਦਾ ਥੋੜਾ ਜਿਹਾ ਡਰ ਰੱਖਦੇ ਜੇ ਤੇ ਥੋੜੀ ਬਹੁਤੀ ਚਲੋ ਸਾਡੇ ਬੋਲਣ ਦੀ ਮੈਂ ਤੇ ਸ਼ਬਦ ਬੋਲਦਾ ਨਾ ਵੀ ਲਾਜ ਰੱਖਦੇ ਜੇ ਵੀ ਚਲੋ ਬੋਲਦਾ ਪਿਆ ਹੈ ਤੇ ਸੁਣ ਲੈਨੇ ਆ 2 ਮਿੰਟ ਮੈਂ ਕਵਾਂਗਾ ਤੇ ਮਹਾਰਾਜ ਤੋਂ ਡਰ ਕੇ ਕਹਿੰਨਾ ਵੀ ਮੈਨੂੰ ਲੱਗਦਾ ਵੀ ਤੁਸੀਂ ਨਹੀਂ ਉੱਠ ਕੇ ਜਾਓਗੇ ਮੈਂ ਕਹਿ ਦਵਾਂਗਾ ਵੀ ਬੇਨਤੀ ਹੈ ਵੀ ਚਲੋ 2 ਮਿੰਟ ਬੈਠ ਜਾਓ ਕਿੰਨਾ ਕੁ ਥਿਰ ਬੈਠ ਜਾਓਗੇ ਮੈਂ ਕਹਾਂ ਦੀ 5 ਮਿੰਟ ਹੋਰ ਬਹਿ ਜਾਓ 10 ਮਿੰਟ ਹੋਰ ਬਹਿ ਜਾਓ ਇਹ ਤਾਂ ਤੱਕਾ ਹੋ ਗਿਆ ਨਾ ਇਹਨੂੰ ਪੰਜਾਬੀ ਚ ਕਹਿੰਦੇ ਹੁੰਦੇ ਬਨ ਕੇ ਖੀਰ ਖਵਾਉਣ ਵਾਲੀ ਗੱਲ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਵੀ ਇਹ ਕੰਮ ਨਹੀਂ ਕਰਨਾ ਕਿਸੇ ਨੂੰ ਬਨ ਕੇ ਖੀਰ ਨਹੀਂ ਖਵਾਉਣੀ ਮਤਲਬ ਤੂੰ ਖਾ ਹੀ ਖਾ ਅਗਲੇ ਦਾ ਜੀ ਨਹੀਂ ਕਰਦਾ ਪਿਆ ਮੈਂ ਕਿਦਾਂ ਖਵਾਦਾ ਨਹੀਂ ਅਗਲਾ ਉਪਦੇਸ਼ ਲੈਣਾ ਚਾਹੁੰਦਾ ਮੈਂ ਕਿਦਾਂ ਤੱਕੇ ਨਾਲ ਦੇ ਗਲ ਦੇ ਵਿੱਚ ਉਪਦੇਸ਼ ਪਾਦਾ ਵੀ ਨਹੀਂ ਤੂੰ ਉਪਦੇਸ਼ ਲੈ ਕੇ ਹੀ ਜਾ ਨਹੀਂ ਅਗਲਾ ਲੰਗਰ ਛਕਣਾ ਚਾਹੁੰਦਾ ਮੈਂ ਕਿਦਾਂ ਤੱਕੇ ਨਾਲ ਦੀ ਥਾਲੀ ਚ ਰੱਖਦਾ ਵੀ ਨਹੀਂ ਤੂੰ ਖਾ ਖਾ ਨਹੀਂ ਅਗਲਾ ਗੱਲ ਮੰਨਣੀ ਚਾਹੁੰਦਾ ਨਹੀਂ ਅਗਲਾ ਗੱਲ ਸੁਣਨੀ ਚਾਹੁੰਦਾ ਮੈਂ ੱੱੱਕੇ ਨਾਲ ਕਿਦਾਂ ਸੁਣਾਈ ਜਾਵਾਂ ਇਸ ਕਰਕੇ ਸਤਿਗੁਰੂ ਕਹਿੰਦੇ ਭਾਈ ੱੱੱਕਾ ਨਹੀਂ ਕਰਨਾ ਤੇ ਮੈਂ ਅਕਸਰ ਮਹਾਰਾਜ ਤੋਂ ਮਾਫੀ ਮੰਗ ਕੇ ਗੱਲ ਕਹਿਣਾ ਹੁੰਦਾ ਮੈਂ ਕਿਸੇ ਨੂੰ ਗੱਲ ਕਹੇ ਤੇ ਦਿਨਾ ਨਾ ਪਰ ਮਨਾਉਂਦਾ ਨਹੀਂ ਹੁੰਦਾ ਕਿਸੇ ਦੇ ਕੋਲ ਮੈਨੂੰ ਬੜੇ ਜਾਣੇ ਆ ਕੇ ਕਹਿੰਦੇ ਹਣਗੇ ਬਾਬਾ ਜੀ ਅਜ ਨੂੰ ਕਿਉਂ ਪਿਆ ਕੰਮ ਕਰੇ ਮੈਂ ਕਹਾਂ ਭਾਈ ਮੈਂ ਕਹਿ ਸਕਦਾ ਹਾਂ ਮੇਰੇ ਤੋਂ ਇਹ ਅਸਰ ਰੱਖਦਾ ਵੀ ਉਹਦੇ ਕੋਲ ਮਨਾਵ ਹੀ ਲਊਂਗਾ ਮੈਂ ਮਨਾ ਨਹੀਂ ਸਕਦਾ ਮੰਨਣੀ ਮੇਰੇ ਉੱਤੇ ਡਿਪੈਂਡ ਕਰਦੀ ਆ ਵੀ ਤੂੰ ਮੈਨੂੰ ਕੁਝ ਕਵੇਂਗਾ ਮੈਂ ਮੰਨ ਲੈਣਾ ਹਾਂ ਇਨੀ ਗੱਲ ਪਰ ਜੇ ਤੂੰ ਆਖੇਂ ਵੀ ਮੈਂ ਕਹਾਂ ਤੇ ਉਹਨੂੰ ਤੱਕ ਉਹਨੂੰ ਕੰਮ ਕਹਿੰਦਾ ਹੀ ਰਹਿਮਾਂ ਜਦੋਂ ਤੱਕ ਗੱਲਾਂ ਮੰਨ ਨਹੀਂ ਜਾਂਦਾ ਉਹ ਗੱਲਾਂ ਮੇਰੇ ਵੱਸ ਦੀਆਂ ਨਹੀਂ ਨੇ ਮੈਂ ਕਹਿਣਾ ਜ਼ਰੂਰ ਹਾਂ ਪਰ ਮੈਂ ਮਨਾਉਂਦਾ ਨਹੀਂ ਕਿਸੇ ਨੂੰ ਗੱਲਾਂ ਹਜ਼ੂਰ ਕਹਿੰਦੇ ਧੱਕਾ ਨਹੀਂ ਕਰਨਾ ਕਿਸੇ ਦੇ ਨਾਲ ਅਗਲੇ ਦੇ ਕਰਮਾਂ 'ਚ ਹੀ ਗੱਲ ਨਹੀਂ ਐ ਸੀ ਧੱਕੇ ਨਾਲ ਹੀ ਉਹਨੂੰ ਖਵਾਈ ਜਾਂਦੇ ਪਿੰਨੂੰ ਤੂੰ ਖਾ ਹੀ ਖਾ ਅਗਲੇ ਦੇ ਭਾਗਾਂ 'ਚ ਹੀ ਨਹੀਂ ਆਗੀ ਗੱਲ ਹਜ਼ੂਰ ਕਹਿੰਦੇ ਭਾਈ ਤੁਸੀਂ ਪੜੇ ਲਿਖੇ ਨਹੀਂ ਜੀ ਤੇ ਤੁਸੀਂ ਸੋਚਦੇ ਜੇ ਤੁਹਾਡੇ ਪੱਲੇ ਗਿਆਨ ਨਹੀਂ ਬਸ ਆ ਚਾਰ ਚੀਜ਼ਾਂ ਜਿਹੜੀਆਂ ਤੁਸੀਂ ਨਹੀਂ ਕਰਨੀਆਂ ਈਰਖਾ ਨਹੀਂ ਕਰਨੀ ਨਿੰਦਾ ਨਹੀਂ ਕਰਨੀ ਹੰਕਾਰ ਨਹੀਂ ਕਰਨਾ ਤੱਕਾ ਨਹੀਂ ਕਰਨਾ ਤੇ ਇੱਕ ਕੰਮ ਕਰਨਾ ਹੈ ਤੁਸੀਂ ਗੁਰਸਿੱਖਾਂ ਦੀ ਸੇਵਾ ਕਰਨੀ ਹੈ ਮਰਦ ਕਹਿੰਦੇ ਤੁਹਾਡੀਆਂ ਸਾਰੀਆਂ ਪੜਾਈਆਂ ਇਹ ਪ੍ਰੈਕਟੀਕਲ ਕਰ ਲੋ ਸਾਡੀ ਸਾਰੀਆਂ ਪੜਾਈਆਂ ਤੁਹਾਡੀਆਂ ਇਹਦੇ ਵਿੱਚ ਹੀ ਆ ਜਾਣੀਆਂ ਜੀ ਸਤਗੁਰੂ ਦੇ ਕੋਲੋਂ ਉਪਦੇਸ਼ ਲੈ ਕੇ ਗਏ ਫਣੇ ਨੂੰ ਆਪਣੇ ਪ੍ਰੈਕਟੀਕਲ ਦੇ ਵਿੱਚ ਸੋਚ ਕੇ ਵੇਖਿਓ ਮੈਂ ਕਹਿੰਦਾ ਹਾਂ ਹਰ ਤਰੀਕੇ ਦੀ ਸੰਗਤ ਦੇ ਵਿੱਚ ਲੋਕ ਬੈਠੇ ਹੋਏ ਨੇ ਪੜ੍ਹੇ ਲਿਖੇ ਵੀ ਹੋ ਸਕਦਾ ਹੈ ਇਹੋ ਜਿਹੀ ਵੀ ਹੋਣ ਜਿਨ੍ਹਾਂ ਨੇ ਸ਼ਾਇਦ ਨਾ ਪੜਿਆ ਹੋਵੇ ਵੈਸੇ ਇੱਥੇ ਤੇ ਚਲੋ ਰੇਸ਼ੋ ਚੰਗੀ ਹੈ ਪੜ੍ਹਾਈ ਵਾਲੀ ਪਿੰਡਾਂ ਥਾਵਾਂ ਤੇ ਅਜੇ ਵੀ ਬਜ਼ੁਰਗ ਹੈ ਨੇ ਜਿਨ੍ਹਾਂ ਨੇ ਅੱਖਰ ਨਹੀਂ ਪੜ੍ਹੇ ਹੋਏ ਹੁਣ ਗੱਲ ਕੀ ਹੈ ਆ ਜਿਹੜੀਆਂ ਚਾਰ ਚੀਜ਼ਾਂ ਨੇ ਜੇ ਤੇ ਮੇਰੀ ਨੇਚਰ ਦੇ ਵਿੱਚ ਆ ਗਈਆਂ ਨੇ ਤੇ ਮੇਰੀ ਪੜ੍ਹਾਈ ਤੇ ਮੇਰੀ ਅਨਪੜਤਾ ਇਕੁਅਲ ਹੋ ਜਾਂਦੀ ਹੈ ਤੇ ਜੇ ਨਹੀਂ ਆਈਆਂ ਤੇ ਫਿਰ ਪੜਿਆ ਲਿਖਿਆ ਵੀ ਹੋਣ ਦੇ ਬਾਵਜੂਦ ਮੈਂ ਅਨਪੜ੍ਹੀ ਆ ਮੈਂ ਕੋਈ ਜ਼ਿਆਦਾ ਮਾਰਕਾ ਨਹੀਂ ਮਾਰ ਲਿਆ ਸਿਰਫ ਐਵੇਂ ਪਾਰ ਹੀ ਲੱਦਿਆ ਹੋਇਆ ਥੋੜੀ ਜੀ ਐਕਟਿੰਗ ਚੰਗੀ ਕਰਨੀ ਆ ਜਾਂਦੀ ਏ ਪੜ ਕੇ ਥੋੜਾ ਜਿਹਾ ਤਿਆਰ ਹੋਣਾ ਚੰਗਾ ਆ ਜਾਂਦਾ ਹੈ ਪੜ ਕੇ ਇਹਨੂੰ ਤੋਂ ਵੱਧ ਪੜਾਈ ਸਾਡਾ ਕੁਝ ਅੱਜ ਦੇ ਸਮੇਂ 'ਚ ਸਵਾਰਦੀ ਪਈ ਏ ਤੁਸੀਂ ਸੋਚ ਕੇ ਵੇਖ ਲਿਓ ਵੀ ਕੀ ਸਵਾਰਦੀ ਪਈ ਹੈ ਬਸ ਇੰਨੀ ਕੀ ਏ ਉਹ ਜਿੱਦਾਂ ਕਹਿੰਦੇ ਹੁੰਦੇ ਪੀ ਜਿਹੜਾ ਥੋੜਾ ਜਿਹਾ ਘੱਟ ਪੜਿਆ ਹੋਵੇ ਉਹਦੇ ਲਈ ਬਿਸਕੁਟ ਹੁੰਦੇ ਨੇ ਤੇ ਜਿਹੜਾ ਚੰਗਾ ਪੜ੍ਹ ਜਿਹਦੇ ਲਈ ਕੁਕੀਜ਼ ਬਣ ਜਾਂਦੇ ਨੇ ਬਸ ਇੰਨੀ ਕੀ ਪੜਾਈ ਏ ਅਸੀਂ ਵਰਡ ਨੂੰ ਚੇਂਜ ਪਿਆ ਪਹਿਲਾਂ ਇਦਾਂ ਬੋਲਦਾ ਹੁੰਦਾ ਸੀ ਹੁਣ ਅਸੀਂ ਨਵੀਂ ਪੜ੍ਹਾਈ ਸਿੱਖ ਲਈ ਹੈ ਜੀ ਹੁਣ ਉਹ ਇਦਾਂ ਬੋਲਦਾ ਹੈ ਤੇ ਇਹ ਸਾਡੀ ਪੜ੍ਹਾਈ ਕੁਝ ਨਹੀਂ ਹੈ ਸਿਰਫ ਵੋਕੈਬਲਰੀ ਵਧ ਕੀਤੀ ਹੈ ਜਦੋਂ ਤੋਂ ਵੱਧ ਇਹ ਪੜ੍ਹਾਈ ਥੋੜਾ ਹੈ ਇਹ ਤਾਂ ਮੈਮਰੀ ਫੁੱਲ ਕਰਨ ਵਾਲੀਆਂ ਗੱਲਾਂ ਨੇ ਬੱਚਿਆਂ ਨੂੰ ਸਾਡੇ ਨਾਲੋਂ ਜ਼ਿਆਦਾ ਪਤਾ ਨੇ ਇਹ ਗੱਲਾਂ ਮਹਾਰਾਜ ਪੜ੍ਹਾਈ ਕੋਈ ਹੋਰ ਚੀਜ਼ ਕਹਿੰਦੇ ਨੇ ਸਤਿਗੁਰੂ ਕਹਿੰਦੇ ਉਹਨੂੰ ਪ੍ਰੈਕਟੀਕਲ ਚ ਲੈ ਕੇ ਆਓ ਇਸ ਕਰਕੇ ਇਹਨਾਂ ਦੋ ਸਿੱਖਾਂ ਨੂੰ ਭਾਈ ਭਗਤਾ ਜੀ ਤੇ ਜਾਪੂ ਵੰਸੀ ਇਹਨਾਂ ਦੋਵਾਂ ਨੂੰ ਸੱਚੇ ਪਾਤਸ਼ਾਹ ਜੀ ਨੇ ਇਹ ਗੱਲ ਸਮਝਾਈ ਸੀ ਕਹਿੰਦੇ ਸੀ ਮਹਾਰਾਜ ਅਸੀਂ ਪੜ੍ਹੇ ਲਿਖੇ ਨਹੀਂ ਮਹਾਰਜ ਕਹਿੰਦੇ ਉਹਨੂੰ ਪ੍ਰੈਕਟੀਕਲ ਕਰ ਲੋ ਤੁਸੀਂ ਪੜਿਆਂ ਲਿਖਾਂ ਨਾਲੋਂ ਵੀ ਚੰਗੇ ਦੇ ਭਗਤ ਜੋ ਭਗਤਾ ਉਹਰੀ ਜਾਪੂ ਵੰਸੀ ਸੇਵ ਕਮਾਵੇ ਇਹ ਮਹਾਰਜ ਦੇ ਦਰਬਾਰ ਦੇ ਵਿੱਚ ਰਹਿ ਕੇ ਸੇਵਾ ਕਰਨ ਵਾਲੇ ਦੋ ਸਿੱਖ ਨੇ ਦੋ ਭਗਤ ਨੇ ਗੁਰੂ ਨਾਨਕ ਦੇ ਘਰ ਦੇ